ਆਰੀਅਲ ਦੀ ਟੀਮ ਜਿਹੜੀ ਕਦੇ ਖੇਡਦੀ ਹੈ ਤੇ ਦੂਜੇ ਪਾਸੋਂ ਟੀਮ ਐਲ ਕਹਿੰਦੇ ਸ਼ਬਦ ਦੀ ਟੀਮ ਜਿਹੜੀ ਕਦੇ ਖੇਡਦੀ ਹੈ। ਸ਼ਬਦ ਕਹਿੰਦੇ ਗਲਤੀ ਕਰ ਗਿਆ, ਮੈਚ ਬੜਾ ਤਕੜਾ ਕੁਆਟਰ ਮੈਚ। ਠੀਕ ਹੈ ਜੀ ਬਾਈ, ਲਾਸ਼ ਜਿਹੜੀ ਗੁਰੀ ਬੁੱਟਾ ਪ੍ਰਸ਼ਾਦਾ ਪਾਣੀ ਹਲੇ ਤੱਕ ਨਹੀਂ ਛਕਿਆ, ਜਰੂਰ ਛਕ ਲੈਣ ਵੀਰ ਸਾਡੇ। ਇਹ ਬੇਨਤੀ ਆ ਭਰਾਵਾਂ ਨੂੰ, ਲਓ ਸਾਹਮਣੇ ਕਹਿੰਦੇ ਕਰਨ ਕਾਲੀਅਲ ਦੀ ਧਰਤੀ ਦਾ ਇੱਕ ਪਾਸੇ ਆ ਮੁੰਡਾ ਸ਼ੁਰੂ ਕਰੀਏ ਮੈਚ। ਦੋਨੋਂ ਟੀਮਾਂ ਵੀ ਗਰਾਊਂਡ 'ਚ ਆ ਗਈਆਂ ਨੇ ਤੇ ਸਾਡੀ ਬੇਨਤੀ ਹੈ ਵੀ ਆਪਾਂ ਹੁਣ ਜਿਹੜਾ ਮੁਕਾਬਲਾ ਸ਼ੁਰੂ ਕਰ ਦਈਏ ਮੈਚ। ਆ ਵੀ ਜਿਹੜਾ ਦੇਖਣ ਤਿੰਨੋਂ ਗਰਾਊਂਡਾਂ 'ਚ ਜਿਹੜੇ ਤਕੜੇ ਮੈਚ ਮੇਰੇ ਮਿੱਤਰੋ ਖੇਡੇ ਜਾ ਰਹੇ ਹੈ। ਤਿੰਨ ਨੰਬਰ ਗਰਾਊਂਡ 'ਚ ਵੀ ਉਹ ਮੁੰਡੇ ਕਹਿੰਦੇ ਮੁੜਕੋ ਮੁੜਕੀ ਹੋਏ ਫਿਰਦੇ ਨੇ, ਲਓ ਚਾਚਾ ਗੇਲਾ ਤੇ ਇੱਕ ਪਾਸੇ ਮਸੁੰਡਾ ਕਹਿੰਦੇ ਮਾਨਾ ਦੀ ਧਰਤੀ ਦਾ ਇਕੱਠੇ ਵੀ ਖੇਡੇ ਆ ਤੇ ਓਏ ਬੱਲੇ ਮੁੰਡਿਓ ਟੈਗਰ 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 ਬੱਲੇ 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 ਆਊਟ ਬਾ ਕੀ ਗੱਡੀ ਆਉਂਦਾ ਮੁੰਡਾ ਦਿਖਾਵਾਂਗੇ ਹਜੇ ਨੀ ਚੱਲਿਆ ਉਹ ਕਿੱਡੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਰੱਤ ਦਾ ਵੀ ਸੁਨਾ ਹੋ ਗਿਆ। ਕਾਲੀ ਵਾਲਾ ਪਰਲੀ ਸਰ ਕਾਲੀ ਵਾਲਾ ਇੱਧਰ ਐਲ ਟੀਮ ਕੰਡ ਮਿੱਤਰੋ ਟੈਗਰ ਪੱਟੀਆਂ ਵਾਲਾ ਖੇਡਦਾ ਇੱਧਰ ਰੱਤ ਦਾ ਵੀ ਸੁਨਾ ਹੋ ਗਿਆ ਤੇ ਝੜਗੀ ਸ਼ਰੀਰਾਂ ਵਾਲੀ ਕੰਡ ਮਿੱਤਰੋ। ਬਾਈ ਮੈਚ ਚਲਾ ਦਿਓ ਜੀ ਇੱਧਰ ਇੱਕ ਨੰਬਰ ਗਰਾਊਂਡ ਦਾ। ਓਏ ਹਰਵਿੰਦਰ ਬਰਾੜ ਸੰਧੂ ਕਰਨਾ ਸਿੱਧੂ ਨਹੀਂ ਆ ਬਾਈ, ਭੰਡਾਰੀ ਦਾ ਮੈਚ ਕਰਾਂਗੇ ਅਪਡੇਟ, ਵੇਟ ਕਰੋ ਇੰਤਜ਼ਾਰ ਕਰਨਾ ਪੈਣਾ ਬਾਈ। ਦੋਨੋਂ ਟੀਮਾਂ ਆ ਗਈਆਂ, ਚਲਾਈਏ ਮੈਚ ਆਪਾਂ ਜਲਦੀ ਦੇ ਨਾਲ। ਸੁੱਖ ਮੰਦੇਰ ਬਾਬਾ ਧੰਨਵਾਦ ਜੀ, ਕਰਿਓ ਕਰਿਓ ਸ਼ੇਅਰ ਮੁੰਡਿਓ। ਹੈਲੋ, ਲੈ ਵੀ ਕਿਹੜੇ ਜਿੱਤ ਗਏ? ਰੋਸ਼ਾ ਵੀ ਆਈ ਆ ਜੀ, ਆਈ ਆ ਹਰਜੀਤ ਚਹਿਲ, ਕਰਾਂਗੇ ਕਰਾਂਗੇ ਅਪਡੇਟ ਨਵਜੋਤ ਭਜਨ ਮੇਘਵੰਸ਼ੀ ਬਾਬਾ ਧੰਨਵਾਦ। ਕੋਈ ਨੀ ਜਿੱਥੇ ਵੀ ਚੱਲਿਆ ਦੱਸਾਂਗੇ ਮੈਚ, ਜਿੱਥੇ ਵੀ ਹੋਇਆ ਨਾ ਰੋਸ਼ਾ ਵੀ ਤੇ ਬਨਿਆਰੀ ਦਾ ਕਰਾਂਗੇ ਅਪਡੇਟ। ਰਵਿੰਦਰ ਬਰਾੜ ਇੱਕ ਨੰਬਰ ਤੇ
ਚੂਚੇ ਵਾਲਾ ਲਾਈਵ ਆ, ਵਾਲੀਬਾਲ ਸ਼ੂਟਿੰਗ ਪੰਜਾਬ ਵਾਲਾ ਲਾਈਵ, ਇੱਕ ਨੰਬਰ ਤੇ ਉਹ ਇੰਡੀਆ ਵਾਲਾ। ਬਹੁਤ ਬਹੁਤ ਧੰਨਵਾਦ ਜੀ। ਕੁਲਵਿੰਦਰ ਸਿੱਧੂ ਬਹੁਤ ਬਹੁਤ ਧੰਨਵਾਦ। ਇੱਧਰ ਟਾਈਗਰ ਖੇਡਦਾ ਪੱਟੀਆਂ ਵਾਲਾ ਕੈਮਰੇ ਸਾਹਮਣੇ, ਇਹ ਆਹ ਟਾਈਗਰ ਆ ਪੱਟੀਆਂ ਵਾਲਾ, ਉਧਰ ਕਾਲੀ ਵਾਲਾ ਟੀਮ। ਵਧੀਆ 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 ਕੁਲਵਿੰਦਰ ਸਿੱਧੂ ਬਹੁਤ ਧੰਨਵਾਦ। ਕੁਆਟਰ ਮੈਚ ਹੈ, ਪੁਆਇੰਟ ਵੀਰੇ ਪੁਆਇੰਟ ਹੈ ਮੁੰਨੇ। ਬਜਰੰਗੀ ਰਾਏ ਬਾਬਾ ਧੰਨਵਾਦ ਬਜਰੰਗੀ, ਆਈ ਮੈਂ ਇੱਥੇ ਮੈਂ ਰੈਫਰੀ ਲੱਭ ਲਿਆ ਮੈਂ ਗਰੀਬਾਂ ਦੇ ਮਸੀਹਾ ਜਿਨ੍ਹਾਂ ਦਾ ਖੇਡਾਂ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ। ਉਹ ਲੈਟ ਚਲਾਇਓ ਯਾਰ, ਉਹ ਲੈਟ ਬੰਦ ਕਰ। ਜਿਨ੍ਹਾਂ ਬੰਦਿਆਂ ਚ 11,000 ਦੇ ਜਿਹੜੇ ਬਹੁਤ ਵੱਡੇ ਸਹਿਯੋਗ ਹੈ, 11,000 ਰੁਪਏ ਦੇ ਬਹੁਤ ਵੱਡੇ ਸਹਿਯੋਗ ਆਏ ਆ, ਵੱਡਾ ਧੰਨਵਾਦ ਆਪਾਂ ਕਰਾਂਗੇ। ਲੈ ਭੇਜੇ ਬਾਈ ਆਪਣਾ ਫੋਨ ਲੈ ਜੀ, ਮੈਥੋਂ ਭੇਜਿਆ ਕਿੰਗਰਾ ਆਹੋ ਆਹੋ ਕਰ ਲੋ ਕਰ ਲੋ। ਲੈ ਵੀ ਬਾਈ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਲਾਈਨ ਅਪ ਹੋ ਜਾਓ, ਮੇਰੀ ਬੇਨਤੀ ਹੈ ਜੀ। ਕਰਿਓ ਕਰਿਓ ਸ਼ੇਅਰ ਕਰਿਓ ਮੁੰਡਿਓ, ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਹੋ ਜਾਓ ਲਾਈਨ ਅਪ। ਬੁੱਢੇ ਬਾਈ ਉਧਰ ਕੋਈ ਮੈਚ ਹੈ ਜੀ ਤਦ ਚ ਹੈਗਾ ਜੀ, ਭਨਿਆਰੀ ਤੇ ਫਿਰੋਜ਼ ਸਾਹਿਬ ਜੀ। ਬਾਬਾ ਧੰਨਵਾਦ ਜੀ, ਕਰਿਓ ਕਰਿਓ ਮੁੰਡਿਓ ਸ਼ੇਅਰ ਖਿੱਚ ਕੇ ਸੱਖ ਵਧੇਰ। ਬਾਬਾ ਧੰਨਵਾਦ ਜੀ, ਵਾਹ ਮੁੰਡਿਓ ਇੱਧਰ ਐ ਲਾਲੇ ਮੁੰਡੇ ਆਓ ਜੀ ਜਲਦੀ ਦੇ ਨਾਲ ਆਏ ਹੋਏ ਸਾਡੇ ਤੇ ਸਤਿਕਾਰ ਦੇ ਵੀਰ ਨੇ ਡਿਪਟੀ। ਇਹ ਹੈਗਾ ਟਾਈਗਰ ਖੇਡਦਾ ਪੱਟੀਆਂ ਵਾਲਾ, ਇੱਧਰ ਐਲਾਂ ਦੀ ਟੀਮ ਚ ਐਲ, ਉਧਰ ਕਾਲੀ ਵਾਲਾ ਤੇ ਨਾਲ ਉਧਰ ਕਾਲੀ ਵਾਲਾ, ਬੜੇ ਮਾਣ ਤੇ ਸਤਿਕਾਰ ਦਾ ਯੋਗ ਮੰਟੂ ਗੈਰੀ ਸਾਡੇ ਤੇ ਨਾਲ ਬੱਗਾ ਗਿੱਲ ਸਾਡੇ, ਡਾਕਟਰ ਲਖਵਿੰਦਰ ਜੀ ਸਾਡੇ, ਬਲਵਿੰਦਰ ਤੂਰ ਵੀ ਪੰਚਾਰ ਸ਼ਾਸਤਰੀ ਨਹੀਂ ਆਏ, ਸਤਿਕਾਰ ਦੇ ਸਾਡੇ ਸ਼ਾਸਤਰੀ ਟੀਮ ਨਹੀਂ ਆਈ ਜੀ, ਰੋਜੀ ਬਰਕਤੀ ਉਹਨਾਂ ਦੇ ਵੱਲੋਂ ਜਿਹੜੇ ਅੱਜ ਇਸ ਖੇਡ ਟੂਰਨਾਮੈਂਟ ਦੇ ਲਈ 11,000 ਦੇ ਜਿਹੜੇ ਨਗਦ ਰਾਸ਼ੀ ਦੇ ਨਾਲ ਵੱਡੇ ਜਿਹੜੇ ਯੋਗਦਾਨ ਪੁੱਜਦੇ ਕੀਤੇ ਆ, ਬਹੁਤ ਵੱਡਾ ਧੰਨਵਾਦ ਕਰਾਂਗੇ ਭਰਾ ਸਾਡੇ ਜਿਹੜੇ ਉਧਰ ਬਰਾੜ ਮੈਡੀਕਲ ਮਿੰਟੂ ਗੇਰੀ ਜੀ, ਬਹੁਤ ਵੱਡਾ ਨਾਮ ਹੈ, ਬਹੁਤ ਸੁਣੇ ਹੋਏ ਸਾਰੇ ਰੋਜੀ ਬਰਕੰਦੀ ਦੇ ਕਹਿੰਦੇ ਡਿੱਕੀ ਹੈ ਅੱਜ MLA ਸਾਹਿਬ ਨਹੀਂ ਲਾਉਣੀ ਵੀਰੇ, ਉਹ ਕਿਸੇ ਜ਼ਰੂਰੀ ਨਿਯਮੀ ਕਰਕੇ ਨਹੀਂ ਆ ਸਕਦੇ, ਹਾਰਡ ਐਪ ਚ ਓਪਨ ਨਹੀਂ ਕਰਨਾ ਆਪਾਂ, ਹਾਜ਼ਰੀ ਲਵਾਉਣ ਦੇ ਲਈ ਹਾਰਡ ਐਪ ਚ ਨਹੀਂ ਓਪਨ ਕਰਨਾ ਸਾਡੇ ਫੇਸਬੁੱਕ ਗਿੱਲ ਜੀ ਸਾਰੇ ਭਰਾ ਜਿਹੜੇ ਚੇਚੇ ਤੌਰ ਤੇ ਪੁੱਜੇ ਹੋਏ ਹੈ, ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਹੋਵੇਗੀ, ਹਨੇਰੀਆਂ ਵੀ ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਨੇ, ਬਸ ਯਾਦਾਂ ਹੀ ਪੱਲੇ ਰਹਿ ਜਾਂਦੀਆਂ ਨੇ, ਤੂਫਾਨ ਇਨਸਾਨ ਚਲੇ ਜਾਂਦੇ ਨੇ, ਬਸ ਯਾਦਾਂ ਹੀ ਪੱਲੇ ਰਹਿ ਜਾਂਦੀਆਂ ਨੇ, ਇਨਸਾਨ ਚਲੇ ਜਾਂਦੇ ਨੇ,
ਇੱਕ ਯਾਦਗਾਰੀ ਤਸਵੀਰ ਜਿਹੜੀ ਕੀਤੀ ਜਾ ਰਹੀ ਹੈ। ਵੱਡਾ ਧੰਨਵਾਦ ਹੈ ਸਾਰੇ ਮਾਂ ਤੇ ਸਤਿਕਾਰਯੋਗ ਵੀਰਾਂ ਦਾ, ਲਈ ਟਾਸ ਕਰੋ ਟੀਮ ਆ ਕੇ, ਬਹੁਤ ਬਹੁਤ ਧੰਨਵਾਦ ਹੈ ਸਾਡੇ ਹੇਠ 11,000 ਦੇ ਨਗਦ ਰਾਸ਼ੀ ਜਿਹੜੇ ਰੋਜੀ ਵਿਰਕੰਦੇ ਬੰਨਿਓ ਉਹ ਸਾਡੇ ਸਮੁੱਚੇ ਕਲੱਬ ਵਾਲੇ ਅਹੁਦੇਦਾਰ ਵੀਰ ਪ੍ਰਾਪਤ ਕਰ ਰਹੇ ਹੈ। ਸਾਡੇ ਡਾਕਟਰ ਗੇਰੀ ਜੀ, ਸਰਦਾਰ ਦਰਸ਼ਨ ਸਿੰਘ ਜੀ ਵੇਲੀਪੁਰ, ਬਹੁਤ ਬਹੁਤ ਧੰਨਵਾਦ। 11,000 ਦੇ ਵੱਡੇ ਸਾਨੂੰ ਯੋਗਦਾਨ ਨੇ ਅੱਜ ਇਸ ਖੇਡ ਟੂਰਨਾਮੈਂਟ ਦੇ ਲਈ। ਜਿੰਨੇ ਵੀ ਸਾਡੇ ਜਿਹੜੇ ਮਾਣ ਤੇ ਸਤਿਕਾਰ ਦੇ ਵੀਰ ਪੁੱਜੇ ਆ, ਬਹੁਤ ਵੱਡਾ ਅਸੀਂ ਧੰਨਵਾਦ ਕਰਾਂਗੇ। ਵਾਕਈ ਬਹੁਤ ਵੱਡਾ ਧੰਨਵਾਦ ਹੈ। ਨੋਟਾਂ ਤੋਂ ਮਹਿੰਗੀ ਜਿੰਦ ਯਾਨ ਕੁੜੇ ਤੇਰੇ ਤੋਂ ਵਾਰਾਂਗੇ। 11,000 ਦੇ ਕਹਿੰਦੇ ਬਹੁਤ ਵੱਡੇ ਸਹਿਯੋਗ ਮਰਕੰਡੇ ਸਾਹਿਬ ਦੇ ਹੈ। ਬਿਲਕੁਲ ਹਰਜੀਤ ਚਹਿਲ, ਸਹੀ ਗੱਲ ਹੈ, ਜਿਨ੍ਹਾਂ ਨਾਲ ਖੜੇ ਆ ਤੇ ਖੜੇ ਆ। ਚਲਾਈਏ ਜੀ ਮੈਚ ਆਪਾਂ, ਡਿਪਟੀ ਬਈ ਟਾਸਕ ਕਰਕੇ ਰਾਜਪ੍ਰੀਤ ਜੀ ਕੁਆਟਰ ਚੱਲੀ ਜਾਂਦੇ ਆ, ਸੁਣੋ ਟਾਸ ਕਰ ਲੋ ਕਿਰਪਾ ਕਰਕੇ ਕੁਆਟਰ ਕੁਆਟਰ ਬਈ ਬਈ ਜੀ ਸੁਣ ਲਿਆ ਕਰੋ, ਕਰ ਲੋ ਟਾਸ, ਘਰੇ ਲੈ ਜਾਓ ਬਾਲ, ਕੋਈ ਨੀ ਖੇਡੀ ਚੱਲਿਓ, ਟਾਸ ਕਰ ਲੋ ਆ ਕੇ ਆ ਜਾਓ। ਕਿੰਨੇ ਪੁਆਇੰਟ ਵੀਰੇ? ਪੰਜ ਪੰਜ ਬਰਾਬਰ ਆ ਬਈ, ਫਾਈਵ ਵੀਚ 17 ਨੰਬਰ ਦੀ ਗੇਮ ਆ ਵੀਰੇ, ਪੰਜ ਪੰਜ ਹੋ ਗਏ ਮੁੰਡਿਓ, ਫਾਈਵ ਵੀਚ ਹੈਲੋ ਲੈਵੀ 3 ਨੰਬਰ ਗਰਾਊਂਡ ਜਾਓ ਜੀ, ਫਿਰੋਜ਼ ਸ਼ਾਹ ਬੀ ਤੇ ਸਾਲੂ ਪੰਧਿਆਰੇ ਦੀ ਟੀਮ ਦੇ ਖਿਡਾਰੀ ਜਿਹੜੇ ਆ ਜਾਣ 3 ਨੰਬਰ ਗਰਾਊਂਡ ਚ। ਆ ਮੈਚ ਜਿਹੜਾ 3 ਨੰਬਰ ਗਰਾਊਂਡ ਚ ਖੇਡਿਆ ਜਾਣਾ, ਪੰਧਿਆਰੀ ਸਾਲੂ ਤੇ ਫਿਰੋਜ਼ ਸ਼ਾਹ ਬੀ, ਆ ਮੈਚ ਜਿਹੜਾ 3 ਨੰਬਰ ਗਰਾਊਂਡ ਚ। ਆਓ ਜੀ ਜਲਦੀ ਦੇ ਨਾਲ ਲਾਈਏ 3 ਨੰਬਰ ਗਰਾਊਂਡ ਜੀ। ਇਹ ਸਾਡੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਔਰ ਗੁਜ਼ਾਰਿਸ਼ ਹੈ ਜੀ, ਤੇ ਇੱਕ ਦਾ ਵੀ ਸ਼ੁਰੂ ਕਰੀਏ ਜੀ ਮੈਚ, ਇੱਕ ਤੇ ਵੀ ਹੁਣ ਚਲਾ ਦਈਏ ਮੈਚ ਆਪਾਂ, ਕਰਾਂਗੇ ਕਰਾਂਗੇ ਸਾਰਾ ਅਪਡੇਟ ਕਰਾਂਗੇ ਵੀਰੇ, ਬਣੇ ਰਹੋ ਲਾਈਵ ਨਾਲ, ਇੱਕ ਇੱਕ ਅਪਡੇਟ ਕਰਾਂਗੇ, ਇੰਤਜ਼ਾਰ ਕਰਿਓ। ਕਰਾਂਗੇ ਕਰਾਂਗੇ ਵੀਰੇ ਅੰਕੁਸ਼, ਥੈਨ ਤਾਂ ਵੇਟ ਕਰੋ, ਜੱਸੀ ਰਾਏ ਲਾਈਵ ਕਰਾਂਗੇ ਕਰਾਂਗੇ ਜ਼ਰੂਰ ਦੱਸਦੇ ਨਹੀਂ ਚੱਲਿਆ ਟਾਈਮ ਲੱਗੂ ਵੀਰੇ, ਉਹ ਮੈਚ ਨੂੰ ਤਾਂ ਹਜੇ ਨਹੀਂ ਚੱਲਿਆ, ਹਜੇ ਜੋ ਚੱਲਿਆ ਉਹ ਤਾਂ ਕਰਾਂਗੇ ਅਪਡੇਟ, ਤੁਹਾਨੂੰ ਦੱਸਾਂਗੇ, ਟੀਮਾਂ ਹੀ ਨੀ ਆਈਆਂ ਹਜੇ ਤਾਂ। ਨਲਵੀ ਸਪੋਰਟਸ ਜੱਸੀ ਰਾਏ ਆਪਣੀ ਸਿੰਧ ਚਲਾਈਏ, ਨਾਜੂ ਬਨਿਆਰੀ ਵੇਟ ਕਰੋ, ਵੇਟ ਮੈਚ ਖੇਡਿਆ ਜਾਣਾ, ਵੀ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ, ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ ਤੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿੱਤ ਰੂਹ ਬਣੇ ਦੇ ਖਾਣੀ। ਅੰਕੁਸ਼ ਥੈਂਕ ਯੂ, ਥੈਂਕ ਯੂ, ਅੰਡਰਸਟੈਂਡ ਟੂ ਮੀ। ਨਾਲੇ ਵੀਰੇ ਡੇਰੇ ਤੋਂ ਆਪਾਂ ਜਿਹੜੇ ਸਟੀਲ ਦੇ ਗਲਾਸ ਇੱਧਰ ਗਰਾਊਂਡ ਵਾਲੇ ਪਾਸੇ ਨਾ ਲੈ ਕੇ ਆਈਏ, ਮੇਰੀ ਬੇਨਤੀ ਹੈ, ਸਟੀਲ ਦੇ ਗਲਾਸ ਨੇ ਜਿਹੜੇ
ਇੱਧਰ ਗਰਾਊਂਡ ਵਾਲੇ ਪਾਸੇ ਨਾ ਲੈ ਕੇ ਆਈਏ, ਮੇਰੀ ਬੇਨਤੀ ਹੈ ਜਿਹੜੇ ਡੇਰੇ ਤੋਂ ਭਰਾ ਜਾਂਦੇ ਨੇ ਵੇਟ ਕਰੋ ਅਮਨ ਸਿੰਘ ਜੱਟ ਤੇ ਲੰਗਰ ਪ੍ਰਸ਼ਾਦਾ ਪਾਣੀ ਵੀ ਅੱਜ ਕਿਹਦੇ ਮੇਰ ਰਹੀ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਬ੍ਰਹਮਦਾਸ ਜੀ ਦੀ ਪਾਰ ਕਿਰਪਾ ਅੱਜ ਕਦੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਭਰਾਵਾਂ ਸਾਡਿਆਂ ਦੇ ਵੱਲੋਂ ਜਿਹੜਾ ਮੇਲਾ ਕਰਵਾਇਆ ਗਿਆ ਹੈ ਜੀ। ਆ ਜਾਓ ਫਿਰੋਜ਼ ਸਾਹਿਬ ਦੀ ਬੇਨਤੀ ਵਾਲੇ ਮੁੰਡੇ ਜੀ ਕਰਿਓ ਕਰਿਓ ਵਿਕਰਾਂ ਛਾਬੜਾ ਸਿਕੰਦਰ ਬਰਾੜ ਮਨਦੀਪ ਸਿੱਧੂ ਬੜੀ ਤਕੜੀ ਟੱਕਰ ਹੋ ਰਹੀ ਪਰਲੀ ਸਾਈਡ ਦੋਨੋਂ ਟੀਮਾਂ ਦੇ ਖਿਡਾਰੀ ਇਹਨਾਂ ਵਾਲੇ ਮੁੰਡੇ ਸੱਤ ਜਿਹੜੇ ਨੰਬਰ ਐਲ ਦੀ ਟੀਮ ਦੇ ਇੱਧਰ ਸੱਤ ਨੰਬਰ ਹੈ ਕਾਲੀ ਐਲ ਉਧਰ ਛੇ ਬੜਾ ਸੋਹਣਾ ਮੈਚ ਹੈ ਇੱਧਰ ਸੱਤ ਉਧਰ ਛੇ ਫਿਰੋਜ਼ ਸਾਹਿਬ ਬੀ ਵਾਲੇ ਮੁੰਡੇ ਤੇ ਭਣਿਆਰੀ ਵਾਲੇ ਭਣਿਆਰੀ ਵਾਲਾ ਆ ਗਿਆ ਕਹਿੰਦੇ ਕਰਿਓ ਕਰਿਓ ਸ਼ੇਰ ਮੁੰਡਾ ਖੇਡ ਖੇਤਰ ਮੁੰਡਾ ਸਰਬੂ ਆ ਗਿਆ ਲਹਿਰੇ ਖਾਨੇ ਵਾਲਾ ਦਰਸ਼ਕ ਮੋਜ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਦਰਸ਼ਕ ਵੇਟ ਵੇਟ ਕਰਦੇ ਅਪਡੇਟ ਸਾਰੀ ਦੋਨੋਂ ਟੀਮਾਂ ਦੇ ਰਹਿੰਦੇ ਖਿਡਾਰੀ ਆਓ ਜੀ ਮਾਨਾ ਵਾਲੇ ਮੁੰਡੇ ਵੀ ਆ ਗਏ ਜੀ ਮੈਚ ਕਰਾਉਣ ਦੇ ਲਈ ਮਾਨਾ ਦੀ ਟੀਮ ਮਾਨਾ ਵਾਲੇ ਮੁੰਡਿਆਂ ਨੂੰ ਬੇਨਤੀ ਹੈ ਮੇਰੀ ਬੱਬੂ ਆਓ ਵੀ ਇੱਕ ਜਣਾ ਮੈਚ ਕਰਾਉਣ ਦੇ ਲਈ ਮਾਨਾ ਵਾਲੇ ਖਿਡਾਰੀ ਓਕੇ ਓਕੇ ਜਮਾਲਗੜ੍ਹ ਮੇਲੇ ਤੇ ਮਿਲਦੇ ਆ ਜੀ ਮਿਲਦੇ ਆ ਕੁਛ ਦਿਨ ਦਾ ਬਿਲਕੁਲ ਰਵੀ ਰਹਿੰਦੇ ਖਿਡਾਰੀ ਵੀ ਜਿਹੜੇ ਆ ਜੋ ਤਿੰਨ ਨੰਬਰ ਗਰਾਊਂਡ ਚ ਪ੍ਰਬੰਧਕ ਵੀ ਸਾਡੇ ਕਹਿ ਰਹੇ ਉਹ ਮੈਚ ਚਲਾ ਦੀ ਹਰਜੀਤ ਮੇਰੀ ਬੇਨਤੀ ਲੋ ਇੱਧਰ ਦੋ ਨੰਬਰ ਗਰਾਊਂਡ ਦਾ ਵੀ ਮੈਚ ਸੋਹਣਾ ਚਾਰ ਤਿੰਨ ਚਫੇਰ ਦੁਨੀਆਂ ਵੀ ਕਦੇ ਜੁੜੀ ਬੈਠੀ ਆ ਇਹਨਾਂ ਮੈਚਾਂ ਦੇ ਨਾਲ ਗੱਲਾਂ ਬਾਤਾਂ ਕਦੇ ਹੁੰਦੀਆਂ ਨੇ ਵੀ ਲੱਗਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਜੱਜ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਤੇ ਇੱਜ਼ਤ ਕੁਵਾਰੀ ਜਿਹੜੀ ਡਰ ਮੰਨੇ ਮਾਪਿਆਂ ਦਾ ਤੇ ਸੂਰਮੇ ਦੀ ਸ਼ੋਭਾ ਸੂਰਮੇ ਦੀ ਸ਼ੋਭਾ ਮਦਾਨੇ ਜੰਗ ਲੜੇ ਤਾਂ ਸੂਰਮੇ ਦੀ ਸ਼ੋਭਾ ਮਦਾਨੇ ਜੰਗ ਲੜੇ ਤਾਂ ਹੋਰ ਬੰਡ ਜੋੜਤਾ ਇੱਕ ਮੈਂ ਜੀ ਆ ਜਾਓ ਫਿਰੋਜ਼ ਸਾਹਿਬ ਬੀ ਤੇ ਭਣਿਆਰੀ ਜੀ ਹਰਦੇਵ ਵੀਰ ਆਖ ਰਹੇ ਅਨਮੋਲ ਜਲਦੀ ਦੇ ਨਾਲ ਮੁੰਡੇ ਬੱਬੂ ਮੈਚ ਕਰਾਉਣ ਦੇ ਲਈ ਆਓ ਕਰਾਂਗੇ ਅਪਡੇਟ ਸਾਰਾ ਦੱਸਾਂਗੇ ਸਾਰਾ ਦੱਸਾਂਗੇ ਮੈਂ ਚੱਲ ਪੈਣ ਦੇ ਮਨ ਵਾਲੇ ਮੁੰਡੇ ਜਿੱਤ ਗਏ ਉਧਰ ਮੁੰਡੇ ਵਾਲਾ ਲਾਈਵ ਵਾਲੀਬਾਲ ਸ਼ੂਟਿੰਗ ਪੰਜਾਬ ਲੈ ਵੀ ਰਹਿੰਦੇ ਖਿਡਾਰੀ ਵੀ ਰਵਿੰਦਰ ਕੌਰ ਜੀ ਤੇ ਮਾਨਾ ਦੀ ਟੀਮ ਦਾ ਇੱਕ ਕੁਆਟਰ ਚੱਲੀ ਜਾਂਦੇ ਆ ਜੀ ਕੁਆਟਰ ਟਾਗਰ ਕਹਿੰਦੇ ਪੱਟਿਆਂ ਦੀ ਧਰ ਬੱਲੇ ਬੱਲੇ ਕੁਆਟਰ ਚੱਲੀ ਜਾਂਦੇ ਆ ਕੁਆਟਰ ਓਏ ਵਾਹ ਉਹ ਮੁੰਡਿਆਂ ਨੇ ਉਰੀਸਾ ਕਮਾਲ ਰਵਿੰਦਰ ਹਾਂਜੀ ਜੀ ਧੰਨਵਾਦ ਵਿਕਰਾਂਤ ਤੇ ਨੰਬਰ ਪ੍ਰਭਜੋਤ ਮੋਮੀ ਸਾਈਡਾਂ ਚੇਂਜ 9 ਤੇ 6 ਸਾਈਡਾਂ ਜੀ ਆ ਜੀ ਕਰਤਾ ਕਰਕੇ ਇਹਨਾਂ ਵਾਲੇ ਸਾਈਡ ਚੇਂਜ ਕਰਾ ਕੇ ਰਹੇ ਆ ਮਾਨਾ ਵਾਲੇ ਮੁੰਡੇ ਜੀ ਮਾਨਾ ਦੀ ਟੀਮ ਨੂੰ ਬੇਨਤੀ ਹੈ ਮੇਰੀ ਮਾਨਾ ਵਾਲੇ ਮੁੰਡੇ ਆ ਜਾਓ ਜਲਦੀ ਦੇ ਨਾਲ ਕਰਿਓ ਕਰਿਓ ਸ਼ੇਰ ਮੁੰਡੇ ਖੱਤੇ 9 ਪਿੰਡ ਐਲਾਂ ਦੇ 6 ਪਿੰਡ ਕਲ ਗਿਆ ਲਾ ਫੈਸਲਾ ਵੀ ਲੈਣਾ ਪੈਣਾ ਮੁੰਡਿਆਂ ਨੂੰ ਪ੍ਰਭਜੋਤ ਹਾਂਜੀ ਵੀਰੇ ਥੈਂਕ ਯੂ ਕਰੀ ਆਓ ਕਰਾ ਸ਼ੇਰ 9-6 ਮੈਂ ਤਗੜਾ ਖਿੱਚੋ ਕੰਮ ਨੂੰ ਮੁੰਡਿਓ ਮਾਨਾ ਵਾਲੇ ਮੁੰਡੇ ਆਓ ਵੀ ਟੀਮਾਂ ਆ ਗਈਆਂ ਬੱਬੂ ਮਾਨਾ ਜੀ ਆ ਜਾਓ ਭਰਾ ਜਲਦੀ ਦੇ ਨਾਲ ਮਾਨਾ ਵਾਲੇ ਮੁੰਡੇ ਮੈਚ ਕਰਾਉਣ ਦੇ ਲਈ ਜਲਦੀ ਦੇ ਨਾਲ ਆ ਜਾਓ ਬੇਨਤੀ ਹੈ ਮੇਰੀ ਮਾਨਾ ਵਾਲੇ ਖਿਡਾਰੀ ਸਾਨੂੰ ਭੰਡਿਆਰੀ ਵੀ ਆ ਗਿਆ
ਉਹ ਦਿਖਾਉਣੇ ਦਿਖਾਉਣੇ ਵੀਰੇ ਇਹ ਮੈਚ ਤੋਂ ਬਾਅਦ ਦਿਖਾਉਣੇ ਮੈਚ ਹੋ ਗਈ ਮੈਚ ਬੜਾ ਤਕੜਾ ਰਬਜੋਤ ਮੋਮੀ ਆਇਆ ਜੀ ਆਇਆ ਕੁਲਦੀਪ ਹੋਰੀ ਵੀ ਆਇਆ ਰਬਜੋਤ ਮੋਮੀ ਆਏ ਕੁਲਦੀਪ ਹੋਰੀ ਵੀ ਆਇਆ ਬਾਈ ਉਹ ਇੱਕ ਨੰਬਰ ਤੇ ਅਵਨੀਤ ਨੱਡਾ ਚੁੱਗਿਆਂ ਦਾ ਮੈਚ 6-9 ਹੈ 6-9 ਛੇ ਪੁਆਇੰਟ ਕਾਲੀ ਵਾਲਾ 9 ਪੁਆਇੰਟ ਐਲ ਕਿਰਤ ਨੀ ਆਇਆ ਕਿਰਤ ਚਲੋ ਵੀ ਮੁੰਡੇ 6-9 ਵਾਹਿਗੁਰੂ ਸ਼ਬਦੋ ਟਾਈਗਰ ਕਿਆ ਮੈਚ ਆ ਯਾਰ ਹਾਏ ਰੱਬਾ ਤਕੜਾ ਇਧਰ ਕਾਲੀ ਵਾਲੀ ਗੁਰੀ ਹੋਰੀ ਕਰਨ ਰੀ ਨਾਮਾ ਕਿਰਤ ਰੀ ਕਰੋ ਟਾਸ ਸਰਬ ਜੀ ਹਾਓ ਸੋਹਣਾ ਕਰੋ ਟਾਸ ਅਮਨ ਢਾਬਾ ਜੀ ਬਾਬਾ ਧੰਨਵਾਦ ਸ਼ੁਕਰੀਆ ਅਮਨ ਢਾਬਾ ਬਾਬਾ ਧੰਨਵਾਦ ਨੰਬਰਦਾਰ ਉਧਰ ਵੇ ਵਾਲੀਬਾਲ ਸ਼ੁਰੂ ਪੰਜਾਬ ਆ ਬਾਈ ਵਾਲੀਬਾਲ ਸ਼ੂਟਿੰਗ ਪੰਜਾਬ ਮੁੰਨੇ ਵਾਲਾ ਲਾਈਵ 3 ਨੰਬਰ ਤੇ ਜਲਦਾਰ ਜੀ ਆਇਓ ਸੁਣੋ ਜਲਦੀ 3 ਨੰਬਰ ਤੇ ਕੋਈ ਨਹੀਂ ਦਿਖਾਉਣੇ ਆ ਮੈਚ ਤੋਂ ਬਾਅਦ ਨਹੀਂ ਚੱਲਿਆ ਜੇ ਮੈਚ ਆ ਮੈਚ ਤੋਂ ਬਾਅਦ ਦਿਖਾਵਾਂਗੇ ਆਪਾਂ ਲੈ ਵੀ ਉਧਰ ਵੀ ਚਲਾਈਏ ਮੈਚ ਆਪਾਂ 3 ਨੰਬਰ ਸਹੀ ਗੱਲ ਹੈ ਹਰਜੀਤ ਸਰਬੋ ਆ ਮੈਚ ਅੱਧਾ ਹੋ ਗਿਆ ਤਾਂ ਰਹਿ ਗਿਆ ਮੰਦਰ ਸਰਾਂ ਮਾ ਬਹੁਤ ਧੰਨਵਾਦ ਨਹੀਂ ਚੱਲਿਆ ਮੈਚ ਉਹ ਮੈਚ 3 ਤੇ ਵੀ ਤਕੜਾ ਜਿਹੜਾ ਖੇਡਿਆ ਜਾਣਾ ਇਸ ਤੇ ਟੂਰਨਾਮੈਂਟ ਦਾ ਗੁਰਪਿੰਦਰ ਚੀਮਾ ਮੰਦਰ ਸਰਾਂ ਸ਼ੁਕਰੀਆ ਸ਼ੁਕਰੀਆ ਗੱਲਾਂ ਕਦੇ ਬਿੰਦੂ ਉਸਤਾਦ ਦੀਆਂ ਹੁੰਦੀਆਂ ਨੇ ਕਦੇ ਤੀਰਥ ਵਰਗੇ ਖਿਡਾਰੀਆਂ ਦੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਖੇਡ ਦੇ ਮੈਦਾਨਾਂ ਦੀ ਆ ਬਹੁਤ ਵਧੀਆ ਮੈਚ ਖੇਡਿਆ ਜਾਣਾ ਹੈ ਲੈ ਵੀ ਹੁਣ ਸ਼ੁਰੂ ਕਰੀਏ ਜੀ ਮੈਚ ਆਪਾਂ ਜਸ਼ਨ ਸ਼ਰਮਾ ਕੋਟਪੁਰ ਦੀ ਧਰਤੀ ਦਾ ਕਦੇ ਕੁਲਦੀਪ ਖੇਡਦਾ ਹੈ ਆ ਵੀ ਮੁੰਡਾ ਕਦੇ ਮੱਚਦਾ ਗਿਆਰਾ ਕਦੇ ਖੇਡ ਵਾਲੀਬਾਲ ਦਾ ਤੇ ਚਰਚੇ ਜਿਹੜੇ ਕਦੇ ਵੱਡੇ ਨੇ ਮੁੰਡਿਆਂ ਦੇ ਨਾਲ ਕਹਿੰਦੇ ਚੁੱਕੀ ਵਰਗੇ ਚੰਨੇ ਵਰਗੇ ਮੁੰਡੇ ਖੇਡਦੇ ਆ ਬਹੁਤ ਵਧੀਆ ਜਿਹੜੀ ਟੀਮ ਹੈ ਵਾਕਈ ਬਹੁਤ ਸੋਹਣੀ ਟੀਮ ਹੈ ਚਲਾਈਏ ਜੀ ਮੈਚ ਆਪਾਂ ਜਲਦੀ ਦੇ ਨਾਲ
ਦੀਪ ਬਲ ਵਧੀਆ ਵਧੀਆ ਦੀਪਾ ਬਲ ਪਵਨਦੀਪ ਸਿੰਘ ਜੀ ਜਸ਼ਨ ਸ਼ਰਮਾ ਹਾਂ ਹਾਂ ਬਬਲੂ ਦਾ ਬੋਲੀ ਬਾਈ ਬਬਲੂ ਆ ਗਿਆ ਲਾ ਇੱਥੇ ਹੜੱਪਾ ਯੂਐਸਏ ਦੱਸੋ ਭਾਅ ਜੀ ਸੜਕ ਕਿਹੜੀ ਲੈਣੀ ਹੈ ਕੋਈ ਗੱਲ ਨੀ ਚਾਰ ਮਿੰਟ ਦੇ ਦਿੰਦੇ ਹਾਂ ਤੁਹਾਨੂੰ ਲੈ ਚਲਾਓ ਜੀ ਮੈਚ ਉਧਰਲੇ ਪਾਸੇ ਫਤਿਹਗੜੀਆ ਫਤਿਹਗੜੀਆ ਬਬਲੂ ਭਰਾ ਸਾਡਾ ਜਾ ਵਸਿਆ ਪਿੰਡ ਵਿੱਚ ਯੂਐਸਏ ਬਹੁਤ ਵੱਡਾ ਅਸੀਂ ਧੰਨਵਾਦ ਕਰਾਂਗੇ ਸਿੰਘ ਜੀ ਬਹੁਤ ਜਿਹੜੇ ਨਾਲ ਲਾਈਵ ਮੈਚਾਂ ਦੇ ਨਾਲ ਜੁੜੇ ਨੇ ਬਹੁਤ ਤਕੜਾ ਮੈਚ ਹੈ ਬਨਿਹਾਰੀ ਦਾ ਮੈਚ ਮੇਰੇ ਜਲਦੀ ਦਿਖਾਉਣੇ ਦਿਖਾਉਣੇ ਘੱਟ ਨੀ ਇੱਕ ਪਾਸੇ ਟਾਈਗਰ ਦਾ ਕਹਿੰਦੇ ਪੱਟੀਆਂ ਟਾਹਾਂ ਪੈਂਦਾ ਹੈ ਜਿਹਨੇ ਲੁਧਿਆਣੇ ਤੋਂ ਮੁੰਡਿਆਂ ਨੂੰ ਟਾਈਗਰ ਖੇਡਦਾ ਪੱਟੀਆਂ ਵਾਲਾ ਉਧਰ ਜਿਹੜੇ ਕਦੇ ਹੁੰਦੇ ਨੇ ਲਓ ਪੱਟੀਆਂ ਵਾਲਾ ਟਾਈਗਰ ਐਲਾਂ ਚ ਧਰਤੀ ਦਾ ਇੱਧਰ ਤਿੰਨ ਗੋਲ ਗਿਆ ਸ਼ੁਰੂ ਕਰ ਦੇ ਮੈਚ ਆਹ ਇਹ ਮੇਰੀ ਬੇਨਤੀ ਹੈ ਆਹ ਹਜੇ ਨਹੀਂ ਮੁੱਕਿਆ ਹਲੇ ਮੰਨਿਆ ਨਹੀਂ ਮੁੰਡਾ ਫਾਉਲ ਦੀ ਜਿਹੜੀ ਮੰਗ ਕਰਦੇ ਨੇ ਮੁੰਡੇ ਰਾਮ ਰਾਮ ਜੀ ਰਾਮ ਰਾਮ ਨੈਵੀਗੇਟਰ ਬਾਈ ਕਿੰਨੇ ਕਿੰਨੇ ਹੋ ਗਏ ਨੰਬਰ ਇੱਕ ਨੰਬਰ ਗਰਾਊਂਡ ਹਾਂਜੀ ਹਾਂਜੀ ਕੁਰਾਦਾ ਰਾਮ ਰਜਤ ਚੌਧਰੀ ਬਾਬਾ ਧੰਨਵਾਦ ਜੀ ਇੱਧਰ ਦੋ ਨੰਬਰ ਗਰਾਊਂਡ ਵਾਲੇ ਪਾਸੇ ਵੇਟ 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 ਦਸ ਅੱਠ ਉਧਰ ਦਸ ਪੁਆਇੰਟ ਵੀਰੇ ਐਲਾਂ ਦੇ ਇੱਧਰ ਅੱਠ ਪੁਆਇੰਟ ਅੱਠ ਦਸ ਇੱਧਰ ਅੱਠ ਮੈਚ ਬੜਾ ਤਕੜਾ ਜਨੇਤ ਪ੍ਰਿਆ ਰਣਜੀਤ ਵੀ ਆ ਗਿਆ ਰਣਜੀਤ ਜਨੇਤ ਪ੍ਰਿਆ ਉਧਰਲੇ ਪਾਸੇ ਜਨੇਤ ਪ੍ਰਿਆ ਰਣਜੀਤ ਰਣਾਂ ਨੂੰ ਜਿੱਤਣ ਵਾਲਾ ਖਿਡਾਰੀ ਸਾਡੀ ਖੇਡ ਵਾਲੀਬਾਲ ਦਾ 11 ਹੋ ਗਿਆ ਉਧਰ ਅੱਗ ਦੀ ਲਾਟ ਕਹਿੰਦੀ ਰਹੀ 11 ਹੋ ਗਿਆ ਲਾਲਾ ਦੇ ਭਰਾ ਜਿਹੜਾ ਟਰੈਗਰ ਹੋਰਾਂ ਦੇ ਵਸਿਆ ਵਿੱਚ ਵਿਦੇਸ਼ਾਂ ਦੇ 11 ਭਰਾ ਜਿਹੜਾ ਕਹਿੰਦੇ 11 8 ਦੀਆਂ ਤਾਰਾਂ ਜੋੜੀ ਬੈਠਾ ਹੈ ਜਨੇਤਪੁਰੀਆ ਰਣਜੀਤ ਬਹੁਤ ਵੱਡਾ ਅਸੀਂ ਧੰਨਵਾਦ ਕਰਾਂਗੇ ਗੋਪਾਮਾ ਨਹੀਂ ਹੈ ਪੰਜਾਬ ਸਿਆ ਗੋਪਾਮਾ ਨਹੀਂ ਹੈ ਵੀਰੇ ਖੇਡ ਦੇ ਮੈਦਾਨਾਂ ਦੇ ਵਿੱਚ ਵਰਿੰਦਰ ਗਰੇਵਾਲ ਵਧੀਆ ਵਧੀਆ ਵਰਿੰਦਰ ਕਹਿੰਦੇ ਵਿਦੇਸ਼ਾਂ ਦੇ ਗਰਾਊਂਡਾਂ ਦੇ ਦੇਵਰਾਜ ਰਖਵਿੰਦਰ ਬਹੁਤ ਤਕੜਾ ਮੈਚ ਬਹੁਤ ਧੰਨਵਾਦ ਜੀ ਤਿੰਨੋਂ ਗਰਾਊਂਡਾਂ ਦੇ ਮੈਚ ਜਿਹੜੇ ਸਿਰੇ ਨੇ ਜਿਹੜੇ ਕਹਿੰਦੇ ਖੇਡੇ ਜਾ ਰਹੇ ਨੇ ਵੀ ਤਿੰਨ ਸ਼ਾਟਾਂ ਲਾਉਂਦੇ ਦੋ ਡਿਫੈਂਸ ਪਾਉਂਦੇ ਨੈੱਟ ਤੋਂ ਸਮੈਸ ਵੱਜੇ ਸਾਰੇ ਇਹੋ ਚਾਹੁੰਦੇ ਫਿਰ ਇਨਾਮ ਦੇਣ ਲਈ ਉਹ ਕਮੇਟੀ ਸੱਦੂਗੀ ਫਿਰ ਜਿਹੜੀ ਗੱਲ ਮਿੱਤਰੋ ਉਹ ਟਿਕਾਣੇ ਲੱਭੂਗੀ ਪਰ ਇਧਰਲੇ ਪਾਸੇ ਮੁੰਡੇ ਐਲਾ ਵਾਲੇ ਗੱਲ ਲਾਈ ਆਉਂਦੇ ਨੇ ਟਿਕਾਣੇ ਬਾਰਾਂ ਹੁਣ ਤੱਕ ਮੈਚ ਵਧੀਆ ਲੱਗਾ 12-6 8 ਤਾੜੀ ਤੂੜੀ ਦੇ ਮਾਰੋ ਮੁੰਡਿਆਂ ਦੇ ਨਾਂ ਤੇ ਜ਼ੋਰਦਾਰ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ 12 ਤੇ 8 ਦਾ ਜਿਹੜਾ ਮੁਕਾਬਲਾ 12 ਨੰਬਰ ਉਧਰਲੇ ਪਾਸੇ ਦੇ ਮੁੰਡਿਆਂ ਦੇ ਕੌਣ ਜੋੜੂਗਾ ਇਹ ਗੱਲਬਾਤ ਸਾਰੀ ਸਮੇਂ ਦੀ ਉਹ ਟਾਈਮ ਦੀ ਹੋਣੀ ਹੈ ਬੱਲੇ 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 ਜਿਹੜੀ ਕਰਵਾ ਦਿੱਤੀ ਹੈ ਸੌਖੇ ਖੱਟਣੇ ਨੀ ਯਾਰ ਜਹਾਨ ਤੇ ਲਾਉਣੇ ਪੈਂਦੇ ਬਿਆਨੇ ਬੀਬਾ ਜਿੰਦ ਜਾਣਦੇ ਭੁਗਤਣੇ ਪੈਂਦੇ ਪਰਚੇ ਤੇ ਖਰਚੇ
ਨੀਲਾ ਝੋਟੇ ਵਾਲੀ ਵਧੀਆ ਨੀਲੇ ਕੀ ਹਾਲ ਚਾਰ ਨੰਬਰ ਜਿਹੜੇ ਘੱਟਿਆਂ ਦੀ ਟੀਮ ਦੇ ਨੇ ਤੇ ਛੇ ਨੰਬਰ ਇੱਧਰ ਸੰਮਾ ਮੇਰੇ ਪੁੱਤਰੋ ਕਹਿੰਦੇ ਚੁੱਕਿਆ ਵਾਲਾ ਨੌ ਤੇਰਾ ਪਰਿਵਾਰ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਸੱਤ ਤੇ ਚਾਰ ਦਾ ਜਿਹੜਾ ਮੁਕਾਬਲਾ ਨੌ ਤੇਰਾ ਪਾਸੇ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ। ਇਹਨਾਂ ਖੇਡ ਦੇ ਮੈਦਾਨਾਂ ਦੇ ਅੰਦਰ ਵੀ ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਡ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਬਈ ਤੇ ਜਦੋਂ ਲੱਗਦੀ ਹੈ ਚੰਗੀ ਜੀ ਬਾਲ ਤੇ ਲੋਕੀ ਪੈਂਦੇ ਨੱਚ ਮਿੱਤਰੋ ਤੇ ਵਾਲੀਬਾਲ ਦਾ ਵੱਧ ਗਿਆ ਕਰੇਜ। ਇਹ ਗੱਲ ਸੋਲਾਂ ਨੇ ਸੱਚ ਮਿੱਤਰੋ ਖਿਡਾਰੀ ਆ ਸਕਦਾ ਟਾਈਆਂ ਦੇਖਣ ਦੇ ਲਈ ਸੇਮੀ ਦੀਆਂ ਟਾਈਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਮਨ ਵਾਲੇ ਮੁੰਡੇ ਸੇਮੀ ਚ ਹੈ ਬਿਲਕੁਲ ਨੀਲਾ ਨੀਲਾ ਹੋਈ ਪਈ ਜੇਤੂ ਪਰ ਨੀਲਾ ਨੀਲਾ ਝੋਟੇ ਵਾਲੀ ਹੋਈ ਪਈ ਆ ਝੋਟੇ ਵਾਲੀ ਵਾਲਾ ਨੀਲਾ ਨੀਲਾ ਹੋਈ ਪਈ ਆ ਦੇਖਣ ਦੇ ਲਈ ਬਿਲਕੁਲ ਅਮਿਤ ਕੰਬੋਜ ਅਨਮੋਲ ਦਈਆ ਬਾਬਾ ਧੰਨਵਾਦ ਰੋਸ਼ਾ ਬੀ ਦੇ ਮੈਚ ਵੀਰੇ ਮੁੰਨੇ ਵਾਲੇ ਪੈਸੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਅਗਲੀ ਸਰਵਿਸ ਕਰਦੇ ਲਈ ਮੁੰਡਾ ਫੋਰ ਕੈਲਪਰੀਆ ਨਾਮਾ ਕਹਿੰਦੇ ਤਿਆਰ ਪਰ ਤਿਆਰ ਹੈ ਮੈਚ ਉਧਰਲੇ ਪਾਸੇ ਹੋਇਆ ਪਿਆ ਵੀਰੇ ਟਾਈਆਂ ਕੱਢ ਰਹੇ ਆ ਜੀ ਆ ਸਕਦਾ ਟੀਮਾਂ ਦਾ ਖਿਡਾਰੀ ਦੇਖਣ ਦੇ ਲਈ ਜੀ ਬੜੀ ਖੁਸ਼ੀ ਦੇ ਨਾਲ ਟਾਈਆਂ ਕੱਢ ਰਹੀਆਂ ਜੇ ਕੋਈ ਬੀ ਟਾਈਆਂ ਦੇਖਣੀਆਂ ਚਾਹੁੰਦਾ ਪ੍ਰਬੰਧਕ ਵੀਰ ਪਰਚੀਆਂ ਚੱਕਣਗੇ ਜੇ ਕੋਈ ਬੀ ਟਾਈਆਂ ਦੇਖਣੀਆਂ ਚਾਹੁੰਦਾ ਆ ਸਕਦਾ ਜੀ ਲੈ ਵੀ ਟਾਈਆਂ ਦੇਖ ਸਕਦੇ ਹੋ ਤੁਸੀਂ ਲੈ ਮਾਨ ਵਾਲਿਆਂ ਚੋਂ ਆ ਜਾਓ ਕੋਈ ਬਾਕੀ ਤੇ ਖੇਡ ਰਹੇ ਹੈ ਜੇ ਕੋਈ ਹੋਰ ਵੀ ਦੇਖਣਾ ਚਾਹੁੰਦਾ ਤੇ ਆ ਸਕਦਾ ਜੀ ਟਾਈਆਂ ਦੇਖਣ ਲਈ ਕਿੰਨੇ ਹੋ ਗਏ ਪੁਆਇੰਟ ਵੀਰੇ ਹੈਲੋ ਪੁਆਇੰਟ ਕਹਿਣਾ ਕਰ ਆ ਜਾ ਭੱਜ ਕੇ ਪੁਆਇੰਟ ਹੈਲੋ ਜੇ ਹੋਰ ਵੀ ਕੋਈ ਟਾਈਆਂ ਦੇਖਣੀਆਂ ਚਾਹੁੰਦਾ ਆ ਸਕਦਾ ਜੀ ਜੇ ਕੋਈ
ਖੇਡ ਪ੍ਰੇਮੀ ਹੋਵੇ ਤਾਈਆਂ ਦੇਖ ਸਕਦਾ। 11-13 ਇੱਧਰ 11 ਉੱਧਰ 13 ਲਓ ਸਾਹਮਣੇ 11 ਤੇ 13 11 ਨੰਬਰ ਜਿਹੜੇ ਚੱਲ ਪਿਆ ਕੰਮ ਕਾਲੀਆਲੇ ਦਾ ਵੀ ਉੱਧਰ 13 ਪਿੰਡ ਜਸ਼ਨ ਤੂਰ ਵਧੀਆ ਵਧੀਆ ਜਸ਼ਨ ਬਚਪਨ ਬੀਤਿਆ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ ਨਿਹਾਰੀ ਦਾ ਮੈਚ ਉੱਧਰ ਵਾਲੀਬਾਲ ਸ਼ੁਰੂ ਪੰਜਾਬ ਤੇ 12-13 ਇੱਧਰ 12 ਉੱਧਰ 13 ਭਰਤੀਆਂ ਜਿਹੜੀਆਂ ਪਹਿਲੀਆਂ ਖੁੱਲ ਗਈਆਂ 12-13 ਹੋ ਗਏ ਮੁੰਡਿਓ ਘਰੋਂ ਕਰੀ ਤੋਰ ਤੇ ਸੁੱਚਾ ਤੇ ਮਨ ਜੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਜੀ ਫੇਰ ਤੋਂ ਸ਼ੁਰੂ ਹੋ ਗਈ ਉਹ ਦੁੱਲੇ ਦੀ ਵਾਰ ਜੀ ਫੇਰ ਤੋਂ ਸ਼ੁਰੂ ਹੋ ਗਈ ਉਹ ਦੁੱਲੇ ਦੀ ਵਾਰ ਜੀ ਜਸ਼ਨ ਤੂਰਾ ਥੈਂਕ ਯੂ ਵੀਰੇ 13-13 ਦੀ ਬਰਾਬਰੀ ਸਾਡੀ ਨਹੀਂ ਫੇਰ ਕਰ 13-13 ਆਊਟ ਵਾਹ ਜੀ ਵਾਹ ਸਫਲਤਾ ਜਿਹੜੀ ਕਾਲੀ ਔਰ ਬੁਰੀ ਦੀ ਟੀਮ ਦੇ ਹਿੱਸੇ ਜਿਹੜੀ ਕਿਤੇ ਜਾ ਜੁੜ ਗਈ ਹੈ ਵਾਹ ਨਾਮਿਆ ਓਕੇ ਓਕੇ ਜਸ਼ਨ ਤੂਰ ਦੇਵਰਾਜ ਉਧਰ ਵੀਰੇ ਵਾਲੀਬਾਲ ਛੋਟੀ ਪੰਜਾਬ ਆ 3 ਨੰਬਰ ਚ ਵਾਹ ਜੀ ਵਾਹ ਸੈਮੀ ਮੈਚ ਸੁਣ ਲਓ ਬਾਈ ਬਹੁਤ ਸੋਹਣੇ ਮੁਕਾਬਲੇ ਆਪਾਂ ਦੇਖ ਰਹੇ ਹਾਂ ਪਹਿਲਾ ਜਿਹੜਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ ਮਾਨਾ ਦਾ ਜਿਹੜਾ 2 ਨੰਬਰ ਤੇ ਮੈਚ ਚੱਲਦਾ ਕਾਲੀ ਵਾਲਾ ਤੇ ਨਾਲ ਪਹਿਲਾ ਸੈਮੀ ਫਿਰੋਜ਼ਾ ਬੀਨ ਦੇ ਭਣਿਆਰੀ ਦੀ ਜੇਤੂ ਛੋਟੇ ਤੇ ਘੱਟਿਆਂ ਦੇ ਨਾਲ ਖੇਡੂਗੀ ਸੈਮੀ ਦੀਆਂ ਟਾਈਆਂ ਕੱਢਤੀਆਂ ਪ੍ਰਬੰਧਕਾਂ ਨੇ ਮਾਨਾ ਦਾ ਪਹਿਲਾ ਸੈਮੀ ਹੋਣਾ ਕਾਲੀ ਵਾਲਾ ਏ ਤੇ ਐਲ ਦੀ ਜੇਤੂ ਦੇ ਨਾਲ ਕੋਸ਼ਿਸ਼ ਕਰਦਾ ਮੁੰਡਾ ਪਰ ਹਾਲੇ ਵੀ ਮੁੰਡੇ ਫਾਊਲ ਦੀ ਜਿਹੜੀ ਮੰਗ ਕਰਦੇ ਆ ਤੇ ਚਰਚੇ ਹੋ ਜਾਣਗੇ ਜਦੋਂ ਫਾਊਲ ਹੋ ਗਿਆ ਆਪਣੇ ਆਪ ਰੈਫਰੀ ਨੇ ਜਿਹੜਾ ਦੇ ਦੇਣਾ ਗੱਲਾਂ ਹੁਣ ਗਿਆ ਲਓ ਸਾਹਮਣੇ ਕਹਿੰਦੇ ਇੱਕ ਪਾਸੇ ਕਿਰਤਾ ਕਹਿੰਦੇ ਟਾਲੀਅੜ ਦੀ ਧਰਤੀ ਦਾ ਇਧਰਲੇ ਪਾਸੇ ਸ਼ਬਦ ਕਹਿੰਦੇ ਮੁੰਡਾ ਬਾਲ ਜਿਹੜੀ ਫਾਊਲ ਮਾਰ ਬੈਠਾ ਲਾ ਵੀ ਜਿਹੜੇ ਵੀਰ ਵਾਧੂ ਨੇ ਜਾਣਦੇ ਅੰਦਰ ਕਿਰਪਾ ਕਰਕੇ ਆਪਾਂ ਕਲੀਅਰ ਕਰ ਦਈਏ ਮੇਰੀ ਬੇਨਤੀ ਆ ਗਰਾਊਂਡ ਜਿਨ੍ਹਾਂ ਵੀਰਾਂ ਦਾ ਗਰਾਊਂਡ ਦੇ ਅੰਦਰ ਕੰਮ ਹੈ ਨੀ ਪ੍ਰਬੰਧਕ ਵੀਰਾਂ ਵੱਲੋਂ ਵੀ ਬੇਨਤੀ ਆ ਭਰਾ ਬਣ ਕੇ ਜਿਹੜੇ ਵੀਰ ਐਕਸਟਰਾ ਨੇ ਜਾਲ ਦੇ ਅੰਦਰ ਕਿਰਪਾ ਕਰਕੇ ਬਾਹਰ ਹੋ ਜਾਓ ਕੁਰਸੀਆਂ ਵੀ ਲਾਈਆਂ ਨੇ ਭਰਾਵਾਂ ਨੇ ਸੋ ਸਾਡੀ ਬੇਨਤੀ ਹੈ ਵੀ ਕਿਰਪਾ ਕਰਕੇ ਆਪਾਂ ਬਾਹਰ ਹੋ ਜਾਈਏ ਲਓ 14-13 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਇੱਕ ਨੰਬਰ ਦੀ ਲੀਡ ਕਾਲੀਅਰ ਦੀ ਟੀਮ ਨੇ ਜਿਹੜੀ ਕਿਤੇ ਬਣਾ ਲਈ ਹੈ ਬਹੁਤ ਸੋਹਣਾ ਮੁਕਾਬਲਾ ਇਧਰਲੇ ਪਾਸੇ ਜ਼ਿਲ੍ਹੇ ਮੋਗੇ ਦੀ ਟੀਮ ਹੈ
ਤੇ ਦੂਜੇ ਪਾਸੇ ਮੁੰਡੇ ਕਹਿੰਦੇ ਐਲ ਪਿੰਡ ਕਹਿੰਦੇ ਸ਼ਬਦ ਹੋਣਾ ਦਾ ਪੈਂਦਾ। 14 ਤੇ 13 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਲੈ ਵੀ ਹੁਣ ਭਰਾ ਬਣ ਕੇ ਜਿਹੜੇ ਐਕਸਟਰਾ ਵੀਰ ਨੇ ਜਾਲ ਦੇ ਅੰਦਰ ਆਪਣੇ ਆਪ ਹੀ ਜਿਹੜੇ ਬਾਹਰ ਹੋ ਜਾਓ। ਇਹ ਸਾਡੀ ਪ੍ਰਬੰਧਕ ਵੀਰਾਂ ਵੱਲੋਂ ਜਿਹੜੀ ਬੇਨਤੀ ਔਰ ਗੁਜ਼ਾਰਿਸ਼ ਹੈ। ਬਹੁਤ ਸੋਹਣੇ ਮੈਚ ਜਿਹੜੇ ਖੇਡੇ ਜਾ ਰਹੇ ਨੇ। ਲੈ ਵੀ ਅਗਲੀ ਸਰਵਿਸ ਨੰਬਰ 15 ਦੀ ਭਾਲ ਚ ਨੇ ਮੁੰਡੇ ਤੇ ਸਰਵਿਸ ਕਰਨ ਦੇ ਲਈ ਖਿਡਾਰੀ ਜਿਹੜਾ ਕਹਿੰਦੇ ਤਿਆਰ ਮਰ ਤਿਆਰ ਹੈ। ਮੁੰਡਾ ਕੈਲਪੁਰ ਦੀ ਧਰਤੀ ਦਾ ਨਾਮਾ ਕਹਿੰਦੇ ਤਿਆਰ ਮਰ ਤਿਆਰ ਹੈ। ਫੁੱਲਾ ਪਰ ਦਾਖੇ ਦਾ ਕਹਿੰਦੇ ਏਰੀਆ ਪੈਂਦਾ ਮੁੰਡੇ ਨੂੰ, ਜਿਹੜੇ ਮੁੰਡੇ ਨੇ ਕਦੇ ਹੁਣ ਸਰਵਿਸ ਕੀਤੀ ਹੈ ਤੇ ਚੜ੍ਹਦੇ ਹੁੰਦੇ ਨੇ ਵੀ ਮੁੱਲਾਪੁਰ ਰੋਡ ਉੱਤੇ 3 ਟੱਕ ਨੇ ਕੀਲਾ ਵਿੱਚ ਲੈ ਲਈ ਮੰਟੈਰੋ ਜੱਟ ਨੇ। ਪੌਣਾ ਲੱਖ ਚੱਕ ਜਾਂਦਾ ਮੁੰਡਾ ਹਰ ਇੱਕ ਵੀਕ ਦਾ ਤੇ ਬਾਰਡਰ ਨੀ ਟੱਪਦਾ ਚਿੱਟਾ ਤੇ ਮੁੰਡਾ ਲੁਧਿਆਣੇ ਡੀਕਦਾ। ਮੁੰਡਾ ਕਹਿੰਦੇ ਲੁਧਿਆਣੇ ਡੀਕਦਾ ਹੈ। ਉਧਰ ਰਸੀਲ ਕਲੱਬ ਦਾ ਮੈਂਬਰ ਰਹਿਤ ਜਿਹੜਾ ਤੜਕੇ ਤੋਂ ਲੈ ਕੇ ਚਾਹ ਪਾਣੀ ਦੀ ਸੇਵਾ ਕਰ ਰਿਹਾ ਹੈ। ਵੱਡਾ ਧੰਨਵਾਦ ਆਪਾਂ ਕਰਾਂਗੇ। ਬਹੁਤ ਸੋਹਣੇ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹੈ। ਮੈਚ ਇੱਧਰ ਵੀ ਬੜਾ ਤਕੜਾ ਹੈ। ਕਹਿੰਦੇ ਚੁੱਗਿਆਂ ਦੀ ਟੀਮ ਹੈ ਪਿੰਦਾ ਤੇ ਨਾਲ ਮੰਦੋ ਆ ਗਿਆ ਦੀਪ ਸਿੰਘਲ ਦਾ ਟੌਪ ਦੀ ਟੀਮ ਮੁੰਡਿਆਂ ਦੀ ਬਣ ਗਈ ਹੈ। ਸਵਰਗ ਵਾਸੀ ਸਰਦਾਰ ਭਗਵਾਨ ਸਿੰਘ ਜੀ ਬਰਾੜ ਨਾਲ ਸਾਡੇ ਮਿੰਟੂ ਗੇਰੀ ਜੀ ਬਿਜਲੀ ਬੋਲ ਨਰਸਨ ਬਰਾੜ ਜੀ ਬਰਾੜ ਮੈਡੀਕਲ ਹਾਲ ਤੀਜਾ ਤੇ ਚੌਥਾ ਨਾਮ ਉਹਨਾਂ ਭਰਾਵਾਂ ਦੇ ਵੱਲੋਂ ਜਿਹੜਾ ਅੱਜ ਸਪੌਂਸਰ ਕੀਤਾ ਗਿਆ। ਨਾਲ ਸਾਡੇ ਜਵਾਨ ਸਿੰਘ ਜੀ ਧਾਲੀਵਾਲ ਦੂਜਾ ਨਾਮ ਉਹਨਾਂ ਵੱਲੋਂ ਹੋਣਾ ਜਿਨ੍ਹਾਂ ਦਾ ਪੁੱਤਰ ਲਵਪ੍ਰੀਤ ਮਨੀਲਾ ਰਹਿੰਦਾ ਹੈ। ਸਾਰੇ ਸਤਿਕਾਰਯੋਗ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ। ਸਰਦਾਰ ਜਸਵੀਰ ਸਿੰਘ ਜੀ ਧਾਲੀਵਾਲ ਸਾਹਿਬ ਡਾਕਟਰ ਸੁਖਵਿੰਦਰ ਜੀ ਜਿਨ੍ਹਾਂ ਦੀ ਅੱਜ ਬਹੁਤ ਵੱਡੀ ਹਾਜ਼ਰੀ ਹੈ। ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਆਓ ਸਾਹਮਣੇ ਕਹਿੰਦੇ ਕਿੰਦਾ ਮਾਨਾ ਦੀ ਧਰਤੀ ਦਾ ਤਕੜੇ ਨੰਬਰ ਦਾ ਵਾਧਾ ਕਰ ਗਿਆ ਹੈ। ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਚੁੱਕਿਆਂ ਵਾਲੇ ਮੁੰਡੇ ਐਨ ਕਮਾਲਾਂ ਕਰੀ ਤੁਰੇ ਆਉਂਦੇ ਹੈ। ਬੜਾ ਸੋਹਣਾ ਮੈਚ ਹੈ। ਸੈਂਟਰ ਦੇ ਵਿੱਚ ਕਹਿੰਦੇ ਗੋਪਾ ਖੇਡ ਰਹੇ ਘੱਟਿਆਂ ਵਾਲੀ ਦਾ, ਇੱਕ ਕਹਿੰਦੇ ਗੋਪਾ ਬੌਡਿਆਂ ਦਾ ਬੜਾ ਮਸ਼ਹੂਰ ਹੋਇਆ ਤੇ ਬਾਅਦ ਦੇ ਵਿੱਚ ਬੱਲੋ ਵਾਲੇ ਦੇ ਚਰਚੇ ਹੋਏ ਤੇ ਆਹ ਤੀਜਾ ਗੋਪਾ ਸਾਡੀ ਖੇਡ ਦਾ। ਤਿੰਨੇ ਗੋਪੇ ਬਹੁਤ ਵੱਡੀ ਖੇਡ ਹੈ। ਹੁਣ ਚੌਥਾ ਗੋਪਾ ਦੇਖਾਂਗੇ ਵੀ ਕਿਹੜਾ ਵਾਲੀਬਾਲ ਦੀ ਦੁਨੀਆਂ ਦੇ ਵਿੱਚ ਆਉਂਦਾ ਹੈ। ਇਹਦੀ ਬਹਿਸ ਧੋਣੀ ਹੈ। ਬੜੇ ਸੋਹਣੇ ਮੁਕਾਬਲੇ ਲਓ ਸਾਹਮਣੇ ਚੁੱਕਿਆਂ ਦਾ ਤਰਸੇਮ ਕਮਾਲ ਕਰ ਗਿਆ। ਇੱਧਰ ਕਾਲੀ ਵਾਲਾ ਤੇ ਐਲ ਦਾ ਮੈਚ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ। ਲਾਸਟ ਨੰਬਰ ਆ ਗਿਆ ਮੇਰੇ ਖਿਆਲ ਦੇ ਵਿੱਚ ਕਾਲੀ ਵਾਲ ਦੀ ਟੀਮ ਦਾ, ਟਾਈਗਰ ਭੱਟੀਆਂ ਵਾਲਾ। ਬੜੀ ਵਧੀਆ ਟੀਮ ਬਣੀ ਹੋਈ ਹੈ। ਟੌਪ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਦੋਨੋ ਟੀਮਾਂ ਕਹਿੰਦੇ ਬੜੀਆਂ ਮੰਨੀਆਂ ਪ੍ਰਵੰਨੀਆਂ ਟੀਮਾਂ ਹੈ। ਸਿਰੇ ਦੀ ਟੱਕਰ ਆਪਾਂ ਦੇਖ ਰਹੇ ਹੈ। ਗੱਭਰੂ ਬੇਸ ਮੇਰੇ ਦੇ ਸੋਹਣੇ ਚੌੜੀਆਂ ਹੇਕਾਂ ਤੇ ਮਨਮੋਹਣੇ ਆ ਕੇ ਵਿੱਚ ਮੈਦਾਨਾਂ ਦੇ ਆ ਵੇਖਣ ਵਾਲੇ ਹੁੰਦੇ ਦੋਸਤੋ, ਚਾਰ ਜਵਾਨਾਂ ਦੇ ਬਾਕੀ ਕਦੇ ਗੱਲ ਜਿਹੜੀ ਸੱਚ ਹੈ। ਤਿੰਨੋ ਗਰਾਊਂਡਾਂ ਚ ਸਿਰੇ ਦੇ ਮੈਚ ਨੇ। ਇੱਕ ਤੇ ਨੰਬਰ ਦੀ ਖੇਡ ਜਿਹੜੀ ਕਦੇ ਬਾਕੀ ਰਹਿ ਗਈ ਹੈ ਹੁਣ ਅਗਲੀ ਸਰਵਿਸ ਕਰਨ ਲਈ। ਖਿਡਾਰੀ ਜਿਹੜੇ ਕਦੇ ਤਿਆਰ ਪਰ ਤਿਆਰ ਨੇ ਮੇਰੇ ਮਿੱਤਰੋ, ਇਹਨਾਂ ਖੇਡ ਦੇ ਮੈਦਾਨਾਂ ਦੇ ਅੰਦਰ ਵੀ ਲੱਗਦੀ ਜਵਾਨੀ ਚੰਗੀ, ਹੱਸਦੀ ਤੇ ਖੇਡਦੀ। ਜੱਜ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਵਾਰੀ ਜਿਹੜੀ ਡਰਮ ਨੇ ਮਾਪਿਆਂ ਦਾ ਤੇ ਸੂਰਮੇ ਦੀ ਸੋਭਾ ਜੇ ਉਹ ਮੈਦਾਨੇ ਜੰਗ ਲੜੇ ਤਾਂ ਜੰਗ ਕਿਹੜੇ ਲੜੀ ਜਾ ਰਹੀ ਹੈ। ਤਿੰਨੋ ਗਰਾਊਂਡਾਂ ਚ ਮੈਚ ਸਿਰੇ ਦੇ। ਲਓ ਸਾਹਮਣੇ ਟਾਈਗਰ ਕਹਿੰਦੇ ਪੱਟੀਆਂ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਅੰਦਰ ਕੋਸ਼ਿਸ਼ ਕਰਦਾ ਹੈ। ਇਧਰਲੇ ਪਾਸੇ ਕਹਿੰਦੇ ਸ਼ਬਦ ਖੇਡਦਾ ਸੈਂਟਰ ਚ, ਇੱਕ ਪਾਸੇ ਕੁਰੀਓ ਬੱਲੇ ਬੱਲੇ ਬਾਲ ਜਿਹੜੀ ਫਾਉਲ ਨੰਬਰ ਲਾਸਟ
ਇਸ਼ਟ ਮੇਰੇ ਮਿੱਤਰੋ ਜਿਹੜਾ ਕਹਿੰਦੇ ਬਾਕੀ ਆ ਵੀ ਫੈਸਲੇ ਨਾਲ ਜਿੱਤਦੇ ਅਧੂਰੇ ਰਹਿਣਗੇ ਰਹਿੰਦੇ ਮੈਚਾਂ ਵਿੱਚ ਮਿੱਤਰੋ ਉਹ ਪੜਾਕੇ ਪੂਰੇ ਪੈਣਗੇ ਕਦੇ ਮਾਰਦੇ ਨੀ ਜੰਗ ਉਹ ਕੱਢੋ ਜਾਂ ਮਲੱਥ ਗਈ ਤੇ ਨਿਤਰਨਗੇ ਨਾਕਾਂ ਚੋ ਖੜੱਪੇ ਸੱਪ ਗਈ ਲੰਘਿਆ ਨੇ ਪਿੰਡ ਦਾ ਯੋਧਾ ਗੱਲ ਸੱਚ ਕਹਿ ਗਿਆ ਤੇ ਅੱਜ ਵੇਖਾਂਗੇ ਗੁਲਾਬੇ ਵਾਲੇ ਤੋਂ ਮੇਲਾ ਜਿੱਤ ਕੌਣ ਲੈ ਗਿਆ ਅੱਜ ਵੇਖਾਂਗੇ ਗੁਲਾਬੇ ਵਾਲੇ ਦਾ ਕੱਪ ਜਿੱਤ ਕੌਣ ਲੈ ਗਿਆ ਉਧਰ ਵੀ ਮੈਚ ਬਾਹਲਾ ਤਕੜਾ ਇੱਕ ਪਾਸੇ ਕਹਿੰਦੇ ਹਰਿਆਣਾ ਖੇਡ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਹੈ ਨੰਬਰ 1 ਹਰਿਆਣਾ ਦੁੱਧ ਦਹੀਂ ਕਾ ਖਾਣਾ ਹੈ ਹੁਣ ਸਾਹਮਣੇ ਕਹਿੰਦੇ ਭੰਡਿਆਰੀ ਵਾਲਾ ਰਾਮੇ ਸਰਪੰਚ ਦਾ ਪੁੱਤਰ ਤੇ ਨਾਲ ਮੈਂ ਦੇਖਦਾ ਵੀ ਖੇਡ ਮੈਦਾਨ ਦੇ ਵਿੱਚ ਟੁੱਟੀ ਦਾ ਚੱਕ ਵਾਲਾ ਖੇਡਦਾ ਹੈ ਹੁਣ ਸਾਹਮਣੇ ਮੁੰਡਾ ਰਾਜਸਥਾਨ ਵਾਲਾ ਹੈ ਨਾਲ ਗੁਰੂ ਸਰ ਯੋਧਾ ਦੀ ਧਰਤੀ ਦਾ ਕਹਿੰਦੇ ਸੋਢੀ ਹੈ ਮਿੰਟੂ ਦਾ ਪਿੰਡ ਹੈ ਗੁਰੂ ਸਰ ਯੋਧਾ ਡਾਕੂਆਂ ਦੇ ਮੁੰਡੇ ਦੀਆਂ ਗੱਲਾਂ ਹੋਈਆਂ ਹੈ ਨਾਲ ਕਹਿੰਦੇ ਫੌਜੀ ਹੈ ਤੇ ਨਾਲ ਮੈਂ ਦੇਖਦਾ ਵੀ ਮੁੰਡਾ ਜੈਲਦਾਰ ਹੈ ਮੈਂ ਪੱਤਨਾ ਦਾ ਤਾਰੋ ਤੂੰ ਹੈ ਕੱਚੀ ਕੈਲ ਪਿੰਡ ਘੋੜੀ ਆਏ ਮੇਰਾ ਲੋਕੀ ਕਹਿਣ ਜਰਨੈਲ ਤੇਰੇ ਵਰਗੀ ਨੂੰ ਹੱਥਾਂ ਤੇ ਨਚਾਈਏ ਐਡੀ ਕੀ ਤੂੰ ਜੈਲਦਾਰ ਨੀ ਤੇਰਾ ਡਿੱਗਿਆ ਰੁਮਾਲ ਫੜਾਈਏ ਐਡੀ ਕੀ ਤੂੰ ਜੈਲਦਾਰ ਨੀ ਹਉ ਮੁੰਡਾ ਕਹਿੰਦੇ ਜੈਲਦਾਰਾਂ ਦਾ ਖੇਡ ਰਿਹਾ ਹੈ 19 ਤਰੀਕ ਸਲੇਮ ਸ਼ਾਹ ਦੇ ਮੇਲੇ ਦੀ ਐਪ ਸਭ ਨੂੰ ਖੁੱਲੇ ਸੱਦਿਆ ਹੈ ਇੱਧਰ ਕਹਿੰਦੇ ਫਿਰੋਜ਼ਸ਼ਾਹ ਦੀ ਬੀ ਟੀਮ ਖੇਡ ਰਹੀ ਹੈ ਲਓ ਸਾਹਮਣੇ ਕਿੰਦਾ ਚੰਦ ਵਾਜੇ ਵਾਲਾ ਲੱਭੇ ਵਧਾਈਆਂ ਦਾ ਭਾਊ ਹੈ ਤਰਖਾਣ ਵਾਲੇ ਪਿੰਡ ਦਾ ਕਹਿੰਦੇ ਮੁੰਨਾ ਖੇਡ ਰਿਹਾ ਨਾਲ ਰੂਪ ਹੈ ਤੇ ਲਹਿਰੇ ਖਾਨੇ ਵਾਲਾ ਕਹਿੰਦੇ ਸਰਬੂ ਹੈ ਕਿਹੜੀ ਵਾਲਾ ਨੰਬਰ ਦੱਸ ਨੀ ਸੋਹਣਾ ਲਓ ਸਾਹਮਣੇ ਕਹਿੰਦੇ ਮੈਚ ਸੁਨੇਹਾ ਇਧਰਲੇ ਪਾਸੇ ਵੀ ਖੇਡਿਆ ਜਾ ਰਿਹਾ ਹੈ ਇੱਕ ਪਾਸੇ